ਇੱਕ ਪਾਸੇ ਬਦਮਾਸ਼ ਲੋਕਾਂ ਤੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰ ਰਹੇ ਨੇ, ਉਹਨਾਂ ਨੂੰ ਜ਼ਖਮੀ ਕਰ ਰਹੇ ਨੇ, ਮੌਤ ਦੇ ਘਾਟ ਉਤਾਰ ਰਹੇ ਨੇ, ਪਰ ਹੁਣ ਇਹ ਬਦਮਾਸ਼ ਬੇਜ਼ੁਬਾਨਾਂ ਤੇ ਵੀ ਹਮਲਾ ਕਰਨ ਤੋਂ ਪਿੱਛੇ ਨਹੀਂ ਰਹੇ। ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਡੇਅਰੀ ਦੇ ਵਿੱਚ ਵੜ ਕੇ ਕੁਝ ਬਦਮਾਸ਼ਾਂ ਨੇ ਗਊਆਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇੱਥੋਂ ਤੱਕ ਇੱਕ ਗਊ ਦੀ ਤਾਂ ਪੇਟ ਦੀਆਂ ਅੰਤੜੀਆਂ ਹੀ ਉਸਦੇ ਪੇਟ ਵਿੱਚੋਂ ਬਾਹਰ ਕੱਢ ਦਿੱਤੀਆਂ, ਜਿਸ ਕਾਰਨ ਗਊ ਦੀ ਬੇਰਹਿਮੀ ਦੇ ਨਾਲ ਮੌਤ ਹੋ ਗਈ। ਇਹ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਜਿੱਥੇ ਡੇਅਰੀ ਦੇ ਵਿੱਚ ਵੜ ਕੇ ਗਾਵਾਂ ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਤੇ ਇਸ ਵਾਰਦਾਤ ਦੇ ਵਿੱਚ ਇੱਕ ਗਊ ਦੀ ਮੌਤ ਹੋ ਗਈ ਹੈ, ਜਦਕਿ ਅੱਧਾ ਦਰਜਨ ਦੇ ਕਰੀਬ ਗਊਆਂ ਜ਼ਖਮੀ ਹੋਈਆਂ ਨੇ। ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਰੋਪੜ ਸ਼ਹਿਰ ਦੇ ਆਵਾਜਾਈ ਵਾਲੇ ਪੁਲ ਬਾਜ਼ਾਰ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਗਊਆਂ ਤੇ ਚਾਕੂਆਂ ਤੇ ਹੋਰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਨੇ। ਜ਼ਖਮੀ ਹੋਈਆਂ ਗਊਆਂ ਨੂੰ ਇਲਾਜ ਦੇ ਲਈ ਪਸ਼ੂ ਹਸਪਤਾਲ ਵੀ ਲਿਆਂਦਾ ਗਿਆ, ਜਿੱਥੇ ਜ਼ਖਮੀ ਗਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਕ ਗਊ ਦੇ ਚਾਕੂ ਖੁੱਬਿਆ ਹੋਇਆ ਵੀ ਦਿਖਾਈ ਦਿੱਤਾ ਹੈ। ਵੈਟਨਰੀ ਡਾਕਟਰਾਂ ਵੱਲੋਂ ਜ਼ਖਮੀ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੇਜ਼ੁਬਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਦੀ ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਹੈ ਅਤੇ ਖੂਬ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਮੌਕੇ ਪੁੱਜੇ ਹਿੰਦੂ ਆਗੂਆਂ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਨੂੰ ਤੁਰੰਤ ਹਮਲਾ ਕਰਨ ਵਾਲੇ ਲੋਕਾਂ ਨੂੰ ਫੜਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਿਕ ਇਹ ਹਮਲਾਵਰ ਕੌਣ ਸਨ ਅਤੇ ਕਿੱਥੋਂ ਆਏ ਸਨ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਪੁਲਿਸ ਮੌਕੇ ਉੱਤੇ ਘਟਨਾ ਸਥਾਨ ਤੇ ਪਹੁੰਚੀ ਹੈ ਅਤੇ ਪੁਲਿਸ ਦੁਆਰਾ ਫਿੰਗਰ ਪ੍ਰਿੰਟ ਅਤੇ ਹੋਰ ਤਕਨੀਕੀ ਸਾਧਨਾਂ ਦੁਆਰਾ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਡੇਅਰੀ ਮਾਲਕਾਂ ਨੇ ਕੁਝ ਲੋਕਾਂ ਉੱਤੇ ਸ਼ੱਕ ਵੀ ਜ਼ਾਹਰ ਕੀਤਾ ਅਤੇ ਉਹਨਾਂ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਫਿਲਹਾਲ ਇਸ ਮੰਦਭਾਗੀ ਘਟਨਾ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਅੱਜ ਸਾਨੂੰ ਸੂਚਨਾ ਮਿਲੀ ਕਿ ਇੱਕ ਡੈਰੀ ਫਾਰਮ ਕਰਿਆ ਹੋਇਆ ਇੱਕ ਬੰਦੇ ਨੇ ਤੇ ਇੱਥੇ ਕਿਸੇ ਨੇ ਰਾਤ ਇੱਕ ਗਊ ਦੀਆਂ ਅੰਤਰੀਆਂ ਬਾਹਰ ਕੱਢਤੀਆਂ ਤੇ ਸਾਰੀ ਕੱਟ ਵੱਢ ਕੇ ਉਹਦਾ ਪੇਟ ਕੱਢਤਾ ਤੇ ਉਹ ਮ੍ਰਿਤਕ ਪਈ ਹੈ ਤੇ ਉਸ ਤੋਂ ਇਲਾਵਾ 5-7 ਗਊਆਂ ਦੇ ਹੋਰ ਚਾਕੂ ਔਰ ਕਿਰਚਾਂ ਮਾਰੀਆਂ ਹੋਈਆਂ ਤੇ SHO ਸਾਹਿਬ ਮੌਕੇ ਤੇ ਪਹੁੰਚ ਗਏ ਨੇ ਔਰ ਪੜਤਾਲ ਕਰ ਰਹੇ ਨੇ। ਸਾਨੂੰ ਜਿਹੜੇ ਬੰਦਿਆਂ ਤੇ ਸ਼ੱਕ ਹੈ ਅਸੀਂ SHO ਸਾਹਿਬ ਨੂੰ ਦੱਸਿਆ ਵੀ ਹੈ ਤੇ ਬਾਕੀ SHO ਸਾਹਿਬ ਵੀ ਫਿੰਗਰ ਪ੍ਰਿੰਟ ਦੇ ਆਧਾਰ ਤੇ ਜਲਦ ਤੋਂ ਜਲਦ ਉਹ ਕਹਿ ਰਹੇ ਹੈ ਅਸੀਂ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ। ਸਾਡੀ ਪ੍ਰਸ਼ਾਸਨ ਤੋਂ ਅੱਗੇ ਵੀ ਇਹੀ ਅਪੀਲ ਹੈ ਕਿ ਕੱਲ੍ਹ ਬੜਾ ਹਾਦਸਾ ਕਿਸੇ ਗਊਸ਼ਾਲਾ 'ਚ ਜਾਂ ਕਿਤੇ ਵੀ ਹੋ ਸਕਦਾ ਹੈ, ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਬਹੁਤ ਜਲਦੀ ਨਕੇਲ ਪਾਈ ਜਾਵੇ, ਕਿਉਂਕਿ ਇਹ ਗਊ ਮਾਤਾ ਦਾ ਮਾਮਲਾ ਸਾਡੀ ਆਸਥਾ ਨਾਲ ਜੁੜਿਆ ਵਾ ਮਾਮਲਾ। ਇਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਜਲਦੀ ਤੋਂ ਜਲਦੀ ਕਾਰਵਾਈ ਦੀ ਆਦੇਸ਼ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ। ਅਗਰ ਇਹ 24 ਘੰਟੇ 'ਚ ਕੋਈ ਬੰਦਾ ਨਹੀਂ ਇਹਨਾਂ ਨੇ ਅਰੈਸਟ ਕੀਤਾ, ਕਿਉਂਕਿ ਸਾਨੂੰ ਪਤਾ ਹੈ ਅਸੀਂ ਬੰਦਿਆਂ ਦੇ ਜਿਨ੍ਹਾਂ ਦੇ ਸ਼ੱਕ ਹੈ ਉਹਨਾਂ ਦੇ ਨਾਮ ਪਤੇ ਵੀ ਦੱਸੇ ਇਹਨਾਂ ਨੂੰ, ਫਿੰਗਰ ਪ੍ਰਿੰਟ ਦੇ ਹਿਸਾਬ ਨਾਲ ਜਾਂ ਡੰਪ ਚੁਕਾ ਕੇ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ, ਨਹੀਂ ਤਾਂ ਕੋਈ ਇੱਥੇ ਫਿਰ ਬੜਾ ਪ੍ਰੋਟੈਸਟ ਕਰ ਰਿਹਾ ਜਾਏਗਾ। ਜੀ ਅਸੀਂ ਡੰਗਰਾਂ ਦਾ ਕੰਮ ਕਰਦੇ ਹਾਂ ਔਰ ਸ਼ੁਰੂ ਤੋਂ ਰਹਿੰਦੇ ਹਾਂ ਜੀ, ਸਾਨੂੰ ਹੋ ਗਏ ਔਰ 20-25-30 ਸਾਲ ਰਹਿੰਦੇ ਹਨ ਅਤੇ ਸਾਨੂੰ ਨਾ ਜੀ ਆਹ 2-3 ਵਾਰੀ ਆਹ ਸਾਡੇ ਡੰਗਰ ਗੁਜ਼ਰ ਗਏ ਜੀ। 1-2 ਵਾਰ ਕਦੇ ਦਵਾਈਆਂ ਨਿਕਲੀਆਂ, ਕਦੇ ਸੂਈਆਂ ਨਿਕਲਦੀਆਂ, ਕਦੇ ਆਹ ਕਾਚੂ ਦੀ ਆਹ ਵਾਰਦਾਤ ਪਹਿਲੀ ਵਾਰੀ ਹੋਈ ਹੈ ਜੀ। ਕਿੰਨੇ ਡੰਗਰ ਮਰੇ ਅਤੇ ਕਿੰਨੇ ਜ਼ਖਮੀ? 6 ਪਹਿਲਾਂ ਮਰੇ ਹੈ ਜੀ, 5-6 ਜ਼ਖਮੀ ਹੋਏ ਪਏ ਹੈ। ਨਹੀਂ ਅੱਜ ਕਿੰਨਾਂ ਨਾਲ ਉਹਨਾਂ ਨੇ ਜ਼ਖਮੀ ਕੀਤਾ, ਕਿਹੜੇ ਹਥਿਆਰ ਨਾਲ? ਇਹ ਕਾਚੂ ਨਿਕਲਿਆ ਜੀ ਹਸਪਤਾਲ ਸਾਹਿਬ ਡਾਕਟਰ ਸਾਹਿਬ। ਕਿੰਨੇ ਜਾਨਵਰ ਮਰੇ ਹੋ? 6 ਮਰ ਗਏ ਜੀ। ਨਹੀਂ ਅੱਜ ਕਿੰਨੇ? ਅੱਜ 1 ਮਰਿਆ ਜੀ, ਬਾਕੀ ਜ਼ਖਮੀ ਹੈ। ਕਿੰਨੇ ਜ਼ਖਮੀ? 6 ਜ਼ਖਮੀ ਹੋਏ ਜੀ। ਕਿਸੇ 'ਤੇ ਸ਼ੱਕ ਹੈਗਾ ਕੁਛ? ਹਾਂਜੀ, ਕੌਣ ਹੈ? ਕੌਣ ਹੈ? ਇੱਕ ਤਾਂ ਜੀ ਆਹ ਨਾਲ ਘਰ ਰਹਿੰਦੇ ਹਾਂ, ਇੱਕ ਇੱਧਰ।
ਵੀਰੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਦੇ ਹਾਂ, ਰੇੜੀ ਰੂੜੀ ਚਲਾਉਂਦੇ, ਮੱਖੀ ਮਾੜਾ ਮੋਟਾ ਇਹ ਕਰਦੇ ਹਾਂ। ਤੁਹਾਨੂੰ ਸ਼ੱਕ ਕਿਹਦੇ ਲਈ ਇਹਨਾਂ ਦੇ? ਇਹ ਸਾਨੂੰ ਜਿਵੇਂ ਤੋਂ ਅਸੀਂ ਡੰਗਰ ਨਲਾਉਂਦੇ ਹਾਂ, ਮਾੜਾ ਮੋਟਾ ਗੋਬਰ ਲੱਗਿਆ ਹੁੰਦਾ ਡੰਗਰਾਂ ਦੇ, ਗੋਹਾ ਗੂਹਾ ਹੋਣਾ, ਇਹ ਕਹਿੰਦੇ ਸੀ ਤੁਸੀਂ ਨਾਲੀ ਝਾੜੂ ਨਹੀਂ ਮਾਰਦੇ। ਮਾਰਦੇ ਹਾਂ ਜੀ, ਅਸੀਂ ਕਮੇਟੀ ਵਾਲਿਆਂ ਨੂੰ ਪੁੱਛ ਲਓ। ਪੁਲਿਸ ਨੂੰ ਦੱਸਤਾ ਇਸ ਬਾਰੇ? ਅਸੀਂ ਪੁਲਿਸ ਨੂੰ ਪਹਿਲਾਂ ਦੋ ਵਾਰ ਦੱਸਿਆ ਜੀ, ਇਹ ਅੱਜ ਦੱਸਤਾ, ਅੱਜ ਤਾਂ ਜੀ ਉਹ ਮੌਕਾ ਦੇਖ ਗਏ ਕਿ ਸਾਨੂੰ ਪੁਲ ਬਾਜ਼ਾਰ ਤੋਂ ਇਨਫੋਰਮੇਸ਼ਨ ਮਿਲੀ ਆ ਹੁਣੇ ਥੋੜ੍ਹੀ ਦੇਰ ਪਹਿਲਾਂ ਮੋਰਨਿੰਗ 'ਚ, ਕਿ ਜਿਹੜਾ ਪਰਮ ਵਾਸੂ ਦੇਵਾ ਡੈਰੀ ਹੈ ਇਹਦੇ 'ਚ ਇਹਦੀ ਜਿਹੜੀ ਚੱਕੂ ਗਾਵਾਂ ਦੇ ਮਾਰਿਆ ਗਿਆ, ਸੋ ਅਸੀਂ ਮੌਕੇ 'ਤੇ ਆ ਗਏ, ਪੜਤਾਲ ਕਰ ਰਹੇ ਸਰ। ਕਿੰਨੇ ਡੰਗਰ ਮਰੇ ਇਹਦੇ 'ਚ? ਜਿੱਦਾਂ ਇੱਕ ਡਾਕਟਰ ਗਾਂ ਤਾਂ ਅਸੀਂ ਹੋਸਪਿਟਲ ਲੈ ਕੇ ਗਏ ਹਾਂ, ਅਤੇ ਇੱਕ ਗਾਂ ਜਿਹੜੀ ਉਹਦੀ ਡੈਥ ਹੋਈ। ਕੀ ਜਾਂਚ ਕੀ ਜਾਂਦੀ ਚੱਲ ਰਹੀ ਹੈ? ਬੜੀ ਮੰਦਭਾਗੀ ਗੱਲ ਹੈ ਵੀ ਇਹ ਇੰਸਟਾਂਸ ਰੋਪੜ ਦੇ ਵਿੱਚ ਪੰਜਾਬ ਪਹਿਲਾਂ ਸਟਾਰਟ ਹੋਇਆ। ਇਹ ਮਤਲਬ ਬੇਨਤੀ ਬੰਦੇ ਨੇ, ਕੋਈ ਬੰਦਾ ਜਿਹੜਾ ਵੀ ਆਇਆ ਹੈ ਉਹਨੇ ਰੋਪੜ ਸ਼ਹਿਰ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਰਾ ਕੁਛ ਕਰਿਆ ਹੋਇਆ, ਜੋ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਨਿਰਦੇਸ਼ ਨਾਲ ਗਾਵਾਂ 'ਤੇ ਅੱਤਿਆਚਾਰ ਕੀਤਾ ਹੈ। ਉਹ ਜਿਹੜੀਆਂ ਗਾਵਾਂ ਇੱਕ ਮਰ ਗਈ, ਜਿਵੇਂ ਕਿਤੇ ਚਾਕੂ ਅੰਦਰ ਛੱਡ ਕੇ ਭੱਜ ਗਏ, ਪੰਜ ਜਾਂ ਪੰਜ ਗਊਆਂ ਦੇ ਚੱਕ ਮਾਰ ਕੇ ਛੱਡਤਾ, ਜ਼ਿਆਦਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ, ਪਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹੀ ਲੱਗਦਾ। ਇਹ ਤਾਂ ਜਾਣ 'ਚੋਂ ਹੀ ਪਤਾ ਲੱਗੇਗਾ, ਕਿਉਂਕਿ ਅਸਲੀਅਤ ਮੌਕੇ 'ਤੇ ਪੁਲਿਸ ਪਹੁੰਚ ਚੁੱਕੀ ਹੈ, ਇਹਨਾਂ ਨੇ ਤਤੀ ਸ਼ੁਰੂ ਕਰਤੀ ਹੈ, ਬਾਕੀ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ। ਜਾਨਵਰ ਹੈਗੇ ਆ ਪਸ਼ੂ ਪਾਲਕ ਦੇ, ਇਹਦੇ 'ਚ ਇੱਕ ਜਾਨਵਰ ਦੀ ਮੌਤ ਹੋ ਚੁੱਕੀ ਆ, ਇੱਕ ਸੀਰੀਅਸ ਕੰਡੀਸ਼ਨ 'ਚ ਸੀਗਾ ਉਹਦੇ, ਜਾਣੀ ਸ਼ਾਰਪ ਕੱਟ ਲੱਗਦਾ, ਉਹ ਅਸੀਂ ਪੋਲੀ ਕਲੀਨਿਕ ਸਾਡੇ ਕੋਲ ਗਿਆ ਸੀ, ਉਹਦਾ ਅਸੀਂ ਉਹ ਜਿਹੜਾ ਵੈਪਨ ਸੀਗਾ ਵਿੱਚ ਉਹ ਕੱਢ ਲਿਆ ਹੋਇਆ, ਅਤੇ ਉਹਦੀ ਡਰੈਸਿੰਗ ਕਰਕੇ ਉਹਨੂੰ ਉਹ ਹੁਣ ਉੱਥੇ ਅੰਡਰ ਟ੍ਰੀਟਮੈਂਟ ਹੈਗਾ। ਦੋ ਜਾਨਵਰ ਇੱਥੇ ਅਸੀਂ ਹੋਰ ਆ, ਉਹਨਾਂ 'ਚ ਵੀ ਉਹਨੇ ਮਾਰਨ ਦੀ ਜਿਹੜਾ ਕੋਈ ਸ਼ਾਰਪ ਚੀਜ਼ ਕੋਸ਼ਿਸ਼ ਕੀਤੀ, ਜਿਹੜਾ ਵੀ ਕੋਈ ਕਲਪਰੇਟ ਹੈਗਾ, ਅਤੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ। ਮੁੱਢਲੀ ਜਾਂਚ 'ਚ ਕੁਝ ਲੱਗਿਆ ਕਿ ਹਾਂ ਵੀ ਇਹਨਾਂ ਨੂੰ ਬਾਕੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਕੀ ਹੈ? ਤਾਂ ਇਹ ਸ਼ਰਾਰਤਬਾਜ਼ੀ ਦਾ ਹੋ ਸਕਦਾ, ਬਾਕੀ ਜਿਵੇਂ ਵੀ ਪੁਲਿਸ ਆਪਣਾ ਕਾਰਵਾਈ ਕਰ ਰਹੀ ਆ ਉਹਦੇ ਅਕੋਰਡਿੰਗਲੀ ਜਿਹੜੀ ਰਿਕੁਐਸਟ ਆਵੇਗੀ ਅਸੀਂ ਆਪਣੀਆਂ ਫਾਈਂਡਿੰਗ ਦੇ ਦਾਂਗੇ। ਤੁਹਾਡਾ ਨਾਮ ਕੀ? ਮੈਂ ਡਾਕਟਰ ਕੁਲਦੀਪ ਸਿੰਘ ਹਾਂ, ਸੀਨੀਅਰ ਵੈਟਨਰੀ ਅਫਸਰ ਰੋਪੜ।